ਕੁੜੀਆਂ ਦੀ ਪਾਰਟੀ ক্রিকেট ਟੀਮ ਨੇ T20 ਕ੍ਰਿਕਟ ਟੂਰਨਾਮੈਂਟ ਵਿੱਚ ਜੋ ਕਿ ਵੈਸਟ ਇੰਡੀਜ਼ ਵਿੱਚ ਚੱਲ ਰਹਾ ਹੈ ਬੱਲੇ ਬੱਲੇ ਕਰਾ ਰੱਖੀ ਹੈ ਬੀਤੇ ਦਿਨ ਆਸਟ੍ਰੇਲੀਆ ਜੋ ਕਿ ਤਿੰਨ ਵਾਰ ਵਸਾ ਚੈਂਪੀਅਨ ਰਹਿ ਚੁੱਕੀ ਹੈ ਉਸ ਨੂੰ ਹਰਾ ਦਿੱਤਾ ਆਸਟ੍ਰੇਲੀਆ ਦਾ ਜਿਹੜਾ ਸਕੋਰ ਸੀ ਉਹ 119 ਦੌੜਾਂ ਸੀ ਟੀਚਾ ਸੀ ਜਿਹੜਾ ਪਾਰਤ ਨੇ ਰੰਗ ਬਣਾਇਆ ਸੀ 168 ਦੌੜਾਂ ਦਾ ਪਰ 19ਵੇਂ ਓਵਰ ਦੀ ਚੌਥੀ ਗੇਂਦ ਵਿੱਚ ਹੀ ਆਸਟ੍ਰੇਲੀਆ ਨੂੰ ਮਾਰ ਦੇ ਦਿੱਤੀ ਭਾਰਤ ਦੀ ਕੁੜੀਆਂ ਦੀ ਕ੍ਰਿਕਟ ਟੀਮ ਨੇ ਪਿਛਲੇ ਦਿਨ ਗੱਲ ਕਰੀਏ ਤਾਂ ਜਿਹੜੀ ਕਪਤਾਨ ਹਨ ਭਾਰਤੀ ਕ੍ਰਿਕਟ ਟੀਮ ਦੀ ਉਹ ਹਨ ਮੋਗਾ ਦੀ ਹਰਮਨਪ੍ਰੀਤ ਕੌਰ ਹਰਮਨਪ੍ਰੀਤ ਕੌਰ ਦਾ ਅਸੀਂ ਇੰਟਰਵਿਊ ਕੀਤਾ ਸੀ ਕੁਝ ਸਮਾਂ ਪਹਿਲਾਂ ਉਸ ਵੇਲੇ ਉਹਨਾਂ ਨੇ ਕਿਹਾ ਸੀ ਜਿਹੜੀ ਜਿਹੜਾ ਸਾਰਾ ਧਿਆਨ ਹੈ ਉਹ ਸਿਰਫ ਵਿਨਰਸ ਵੱਲ ਹੀ ਜਾਂਦਾ ਲੂਜ਼ਰਸ ਨੂੰ ਕੋਈ ਨਹੀਂ ਪੁੱਛਦਾ ਤੇ ਹੁਣ ਜਿਹੜੀ ਭਾਰਤੀ ਕ੍ਰਿਕਟ ਟੀਮ ਹੈ ਉਹ ਪਰਫਾਰਮ ਕਰ ਰਹੀ ਹੈ ਇਸ ਲਈ ਸਾਰੇ ਦੇਸ਼ ਦੇ ਕ੍ਰਿਕਟ ਲਵਰਸ ਦਾ ਧਿਆਨ ਹੈ ਜਿਹੜਾ ਉਹਨਾਂ ਵੱਲ ਜਾ ਰਿਹਾ ਹੈ ਹਰਮਨ ਪ੍ਰੀਤ ਦੇ ਨਾਲ ਜਿਹੜੀ ਮੰਦਨਾ ਦੀ ਕੋਲਾਬੋਰੇਸ਼ਨ ਰਹੀ ਪਿਚ ਤੇ ਉਸਨੇ ਕਾਫੀ ਵਾਹ ਵਾਹਵਾਹੀ ਖਿੱਚੀ ਹੈ ਤੇ ਉਹ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਵੱਡੇ ਵੱਡੇ ਦਿੱਗਤ ਜਿਵੇਂ ਕਿ ਵਿਰਾਟ ਕੋਹਲੀ ਅਮਿਤab ਬੱਚਨ ਸੁਰੇਸ਼ ਰੈਨਾ ਇਸ ਖਾਸ ਜਿਹੜੀ ਗੇਮ ਹੈ ਜਿਹੜਾ ਪ੍ਰਦਰਸ਼ਨ 파ਰਤੀ ਕੁੜੀਆਂ ਦਾ ਕ੍ਰਿਕਟ ਦੇ ਪਿਚ ਤੇ ਉਸਦੀ ਬਹੁਤ ਵਾਹਵਾਹੀ ਹੋ ਰਹੀ ਹੈ ਹਰ ਕੋਈ ਉਹਨਾਂ ਦੀ ਤਾਰੀਫ ਕਰ ਰਿਹਾ ਹੈ ਐਂਡ ਲਾਜ਼ਮੀ ਹੈ ਕਿ ਇਸ ਇਸ ਪ੍ਰਦਰਸ਼ਨ ਤੋਂ ਬਾਅਦ ਜਿਹੜੇ ক্রিকেট ਲਵਰਸ ਨੇ ਜਿਹੜੇ ਅਕਸਰ ਮੇਲ ক্রিকেট ਵਲ ਜਾਂ ਜਿਹੜਾ ਪਪੂਲਰ ক্রিকেট ਹੈ ਉਸ ਵੱਲ ਉਹਨਾਂ ਦਾ ਧਿਆਨ ਰਹਿੰਦਾ ਉਹ ਇਸ ਵਾਰ ਫੀਮੇਲ ক্রিকেট ਔਮਨਸ ক্রিকেট ਵੱਲ ਵੀ ਆਕਰਸ਼ਿਤ ਹੋ ਰਹੇ ਹਨ ਹਰਮਨਪ੍ਰੀਤ ਨੇ ਜਿਹੜੀ ਸ਼ੁਰੂਆਤ ਸੀ ਉਹੀ ਸੈਂਕੜੇ ਨਾਲ ਕੀਤੀ ਸੀ ਅਤੇ ਆਈ ਥਿੰਕ ਉਹਨਾਂ ਦਾ ਜਿਹੜਾ ਐਟੀਟਿਊਡ ਹੈ ਕਿ ਜਿੱਤ ਜਿੱਤ ਰਾਹੀ ਇਹ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣਾ ਵਿਨਰ ਬਣ ਕੇ ਸਾਰਾ ਨੂੰ ਵਿਖਾਣਾ ਉਹ ਜਿਹੜਾ ਐਟੀਟਿਊਡ ਹੈ ਉਹ ਜ਼ਰੂਰ ਟਰੋਫੀ ਭਾਰਤੀ ਕ੍ਰਿਕਟ ਲਵਰਸ ਦੀ ਟੋਲੀ 'ਚ ਪਾਵੇਗਾ